ਭਾਰਤ ਪਾਕਿਸਤਾਨ ਦੀ ਸਾਂਝੀ ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਤੇ BSF ਦਾ ਦੇਸ਼ ਦਾ ਸਭ ਤੋਂ ਉੱਚਾ ਝੰਡਾ ਲਹਿਰਾਇਆ ਗਿਆ। BSF ਦੇ ਡਾਇਰੈਕਟਰ ਜਨਰਲ ਨਿਤਿਨ ਅਗਰਵਾਲ ਨੇ ਇਸ ਦਾ ਉਦਘਾਟਨ ਕੀਤਾ। ਇਸ ਨੂੰ ਦੇਸ਼ ਦੀ ਸ਼ਾਨ ਤਿਰੰਗੇ ਝੰਡੇ ਦੇ ਨੇੜੇ ਹੀ ਸਥਾਪਿਤ ਕੀਤਾ ਗਿਆ ਹੈ ਤਾਂ ਜੋ ਰਿਟਰੀਟ ਸੈਰੇਮਨੀ ਦੇਖਣ ਆਏ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਿਆ ਰਹੇ। ਦੱਸਣਯੋਗ ਹੈ ਕਿ ਅਟਾਰੀ ਸਰਹੱਦ ਤੇ ਭਾਰਤੀ ਖੇਤਰ ਤੇ ਲੱਗੀ ਕੰਡਿਆਲੀ ਤਾਰ ਦੇ ਨੇੜੇ ਬਣੇ ਸ਼ਾਹੀ ਕਿਲ੍ਹਾ ਰੈਸਟੋਰੈਂਟ ਦੇ ਨੇੜੇ ਪਹਿਲਾ 320 ਫੁੱਟ ਉੱਚਾ ਕੌਮੀ ਝੰਡਾ ਲਗਾਇਆ ਗਿਆ ਸੀ, ਜਿਸ ਮਗਰੋਂ ਅਟਾਰੀ ਸਰਹੱਦ ਤੇ ਪੈਂਦੇ ਗੇਟ ਤੇ 420 ਫੁੱਟ ਉੱਚਾ ਝੰਡਾ ਲਗਾਇਆ ਗਿਆ ਸੀ, ਜਿਹੜਾ ਪਾਕਿਸਤਾਨ ਵੱਲੋਂ ਆਪਣੇ ਇਲਾਕੇ 'ਚ ਲਗਾਏ ਗਏ ਝੰਡੇ ਨਾਲੋਂ ਉੱਚਾ ਹੈ। ਇਹ ਝੰਡਾ ਜੋ ਹੈ, ਇਹ ਟਾਵਰ 350 ਫਿੱਟ ਉੱਚਾ ਹੈ। 2017 ਮੇਂ ਇਸਕੀ ਕੰਸਟਰਕਸ਼ਨ ਹੋਈ ਥੀ ਔਰ ਇਸਮੇਂ ਪਹਿਲੇ ਰਾਸ਼ਟਰੀ ਧਵਜ ਲਗਾਇਆ ਗਿਆ ਥਾ, ਲੇਕਿਨ ਬਾਅਦ ਮੇਂ ਜਬ ਇੱਕ ਔਰ ਟਾਵਰ ਇਸਸੇ ਉੱਚਾ ਬਣ ਗਿਆ ਹੈ, ਉਹ ਇਸਸੇ ਔਰ ਵੀ 100 ਫਿੱਟ ਉੱਪਰ ਹੈ ਔਰ ਉਸਮੇਂ ਅਭੀ ਨੈਸ਼ਨਲ ਫਲੈਗ ਹਮਨੇ ਲਗਾਇਆ ਹੁਆ ਹੈ ਔਰ ਇਹ ਜੋ ਫਲੈਗ ਨੈਸ਼ਨਲ ਫਲੈਗ ਵਹਾਂ ਜਾਣੇ ਕੀ ਵਜਹ ਸੇ ਇਹ ਅਭੀ ਪੋਲ ਖਾਲੀ ਥਾ, ਉਸਮੇਂ ਹਮਨੇ ਫਿਰ BSF ਕਾ ਫਲੈਗ ਲਗਾਇਆ ਔਰ ਇਹ ਪੂਰੇ ਹਿੰਦੁਸਤਾਨ ਮੇਂ ਸਭਸੇ ਉੱਚਾ ਫਲੈਗ ਕਿਸੀ ਵੀ ਬਲ ਕਾ ਹੈ, ਇਸਕਾ ਹਮੇਂ ਔਰ ਆਪ ਸਬਕੋ ਬਹੁਤ ਗਰਵ ਹੈ। BSF ਦੇ DG ਨਿਤਿਨ ਅਗਰਵਾਲ ਨੇ ਇਸ ਤੋਂ ਪਹਿਲਾਂ ਫਰੀਦਕੋਟ ਵਿਖੇ ਬਲ ਦੇ ਹੈੱਡਕੁਆਰਟਰ ਦਾ ਦੌਰਾ ਕਰਕੇ ਸੂਬੇ ਦੇ ਸਰਹੱਦੀ ਇਲਾਕਿਆਂ ਵਿੱਚ ਸੁਰੱਖਿਆ ਦੀ ਸਮੀਖਿਆ ਕੀਤੀ ਅਤੇ ਲੋਕ ਸਭਾ ਚੋਣਾਂ ਦੌਰਾਨ BSF ਦੇ ਜਵਾਨਾਂ ਨੂੰ ਪੂਰੀ ਮੁਸਤੈਦੀ ਨਾਲ ਚੋਣਾਂ ਦੇ ਪਰਵ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਹੱਲਾਸ਼ੇਰੀ ਦਿੱਤੀ। ਇਸ ਮੌਕੇ ਪੰਜਾਬ ਫਰੰਟੀਅਰ ਦੇ ਇੰਸਪੈਕਟਰ ਜਨਰਲ ਡਾਕਟਰ ਅਤੁਲ ਫੁਲਜਲੇ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ।